ਜੇ ਤੁਸੀਂ ਹੁਣ ਥਾਈਲੈਂਡ ਆਉਂਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਆਪਾਂ ਜਦੋਂ ਵੀ ਪਤਾ ਆਉਂਦੇ ਹਾਂ ਸਭ ਤੋਂ ਵੱਡੀ ਮੁਸ਼ਕਿਲ ਆਪਣੇ ਲਈ ਕੀ ਹੁੰਦੀ ਹੈ? ਕਰੰਸੀ ਐਕਸਚੇਂਜ। ਹਾਂਜੀ ਮਿੱਤਰੋ, ਅੱਜ ਹੈਗਾ ਲਾਸਟ ਦਿਨ ਆਪਣਾ ਪਤਾਇਆ ਦੇ ਵਿੱਚ। ਬਹੁਤ ਇੰਜੋਏ ਕੀਤਾ, ਠੀਕ ਹੈ, ਸਟਰੀਟ ਫੂਡ ਇੰਜੋਏ ਕੀਤਾ, ਕਲੱਬਿੰਗ ਇੰਜੋਏ ਕੀਤੀ, ਬੀਚ, ਕੋਰਲ ਆਈਲੈਂਡ, ਸਾਰੀਆਂ ਵੀਡੀਓਜ਼ ਆਪਣੀਆਂ ਯੂਟਿਊਬ 'ਤੇ ਪਈਆਂ ਨੇ, ਜਾ ਕੇ ਚੈੱਕਆਊਟ ਕਰੋ। ਅਤੇ ਹੁਣ ਅਸੀਂ ਚੱਲੇ ਹਾਂ ਫੁਕਟ ਜਾਣਾ ਹੈਗਾ। ਅਤੇ ਇੱਕ ਦਿਨ ਪਹਿਲਾਂ ਜਿਵੇਂ ਬੱਸ ਬੁੱਕ ਕਰਾਉਣੀ ਪੈਂਦੀ ਆ, ਜਾਣਾ ਮਤਲਬ ਅਸੀਂ ਕੱਲ੍ਹ ਨੂੰ ਹਾਂ, ਅਤੇ ਬੱਸ ਦੀ ਟਿਕਟ ਬੁੱਕ ਕਰਨ ਚੱਲਿਆਂਗੇ। ਅਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਉਰੇ ਕਿਤੇ ਘੁੰਮਾਂਗੇ। ਹਾਂਜੀ ਬਾਬਿਓ, ਆਪਾਂ ਆ ਗਏ ਸੀ ਆਫਿਸ 'ਚ, ਉੱਥੋਂ ਬਾਹਰ ਟਿਕਟ ਬੁੱਕ ਕਰਾ ਕੇ 792 ਦੇ ਬਾਅਦ ਦੀ ਹੋਈ ਹੈਗੀ। ਪਤਾਇਆ ਤੋਂ ਫੁਕਟ ਸਿੱਧੀ ਫੁਕਟ ਜਾਏਗੀ। 792 ਬਾਅਦ ਵਿੱਚ ਮੇ ਵੀ ਸ਼ਾਇਦ ਸਾਨੂੰ ਫੂਡ ਵਗੈਰਾ ਵੀ ਮਿਲ ਪਏਗਾ, ਕਿਹਾ ਤਾਂ ਹੈਗਾ ਉਹਨਾਂ ਨੇ। ਬਾਕੀ ਦੇਖੋ ਆਹ ਟਿਕਟ ਹੈ ਯਾਰ, ਇੱਦਾਂ ਹੀ ਟਿਕਟ ਆ ਗਈ। ਅਤੇ ਸਵੇਰੇ 3 ਵਜੇ ਬੱਸ ਜਾਊਗੀ ਪਤਾਇਆ ਤੋਂ, ਅਤੇ ਪਤਾਇਆ ਤੋਂ ਫਿਰ ਫੁਕਟ ਅਗਲੇ ਦਿਨ ਪਹੁੰਚੇਗੀ ਜਾ ਕੇ। 15 ਕੁ ਘੰਟੇ ਦਾ ਸਫ਼ਰ ਆ, ਅਤੇ 1 ਘੰਟਾ ਪਹਿਲਾਂ ਪਹੁੰਚਣਾ ਆਪਣੇ ਜਿੱਥੋਂ ਬੱਸ ਚੱਲਣੀ ਹੈ ਨਾ, ਜਾਂ ਪਤਾਇਆ ਤੋਂ ਬੱਸ ਚੱਲਣੀ ਹੈ 3 ਵਜੇ, ਤਾਂ ਆਪਾਂ 2 ਜਾਂ 2:30 ਵਜੇ ਤੋਂ ਪਹਿਲਾਂ ਉੱਥੇ ਪਹੁੰਚ ਜਾਣਾ ਹੈਗਾ। ਇੱਦਾਂ ਪੈਕ ਕਰਕੇ ਦਿੱਤੇ ਯਾਰ ਇਹਨਾਂ ਨੇ, ਕੌਫੀ ਆ, ਕੋਲਡ ਕੌਫੀ। ਬਾਬੇ ਇੱਕ ਗੱਲ ਕਰਦੇ ਹਾਂ ਵੀਰੇ, ਆਪਾਂ ਨਾ ਇੱਥੇ ਜ਼ਿਆਦਾਤਰ ਬੁਢਾਪੇ ਲੋਕ ਆਉਂਦੇ ਨੇ, ਮਤਲਬ ਬੁੜੇ ਲੋਕ ਆਉਂਦੇ ਨੇ, ਆਪਣੀ ਰਿਟਾਇਰਮੈਂਟ ਹੋ ਇੱਥੇ ਜਿਉਂਦੇ ਨੇਗੇ ਬੁੜੇ ਹੋਣ ਤੋਂ ਬਾਅਦ। ਜ਼ਿਆਦਾਤਰ ਆਸਟ੍ਰੇਲੀਅਨ ਅਤੇ ਯੂਰਪ ਤੋਂ, US ਤੋਂ ਉਹ ਆਉਂਦੇ ਨੇ। ਜਿੱਥੇ ਆਪਾਂ ਫਿਰ ਰਹੇ ਹਾਂ ਇਹ ਮਾਰਕੀਟ ਬੁੜਿਆਂ ਲਈ ਆ, ਇਹ ਕੁਛ ਨਹੀਂ ਕਰਦੇ, ਆਪਣੀ ਬੀਅਰ ਬੂਅਰ ਲੈ ਕੇ ਇੱਥੇ ਗੇਮਾਂ ਖੇਡਦੇ ਨੇ, ਸਨੂਕਰ ਵਗੈਰਾ, ਅਤੇ ਟਾਈਮ ਪਾਸ ਕਰਦੇ ਨੇ।
ਜੀ ਮਿੱਤਰੋ ਆਪਾਂ ਹੈਗੇ ਇਸ ਟਾਈਮ ਪਤਾਇਆ ਬੀਚ ਤੇ ਬਹੁਤ ਵਧੀਆ ਮਾਹੌਲ ਹੈ ਇੱਥੇ ਤੇ ਇੱਕ ਥੋੜੀ ਜਿਹੀ ਇਨਫੋਰਮੇਸ਼ਨ ਦੇਣੀ ਸੀਗੀ ਤੁਹਾਨੂੰ ਜੇ ਤੁਸੀਂ ਹੁਣ ਥਾਈਲੈਂਡ ਆਉਂਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜਿਵੇਂ ਕਿ ਥਾਈ ਪਾਸ ਦੀ ਪਹਿਲਾਂ ਰਿਕੁਆਇਰਮੈਂਟ ਸੀ ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਅਤੇ ਇੰਸ਼ੋਰੈਂਸ ਦੀ ਵੀ ਕੋਈ ਲੋੜ ਨਹੀਂ ਹੈਗੀ ਬਟ ਮੈਂ ਕਹਿੰਦਾ ਇੰਸ਼ੋਰੈਂਸ ਜ਼ਰੂਰ ਕਰਾ ਕੇ ਆਓ ਟਰੈਵਲ ਇੰਸ਼ੋਰੈਂਸ ਜ਼ਰੂਰੀ ਹੁੰਦਾ 500-600 ਰੁਪਏ ਦਾ ਹੋ ਜਾਂਦਾ ਇਹਦੇ ਵਿੱਚ ਤੁਹਾਡਾ ਸਾਰਾ ਕਵਰ ਹੋ ਜਾਂਦਾ ਇੰਟਰਨੈਸ਼ਨਲੀ ਕੋਈ ਵੀ ਟੂਰ ਕਰਦੇ ਹੋ ਇੰਸ਼ੋਰੈਂਸ ਤਾਂ ਕਰਵਾ ਕੇ ਆਓ ਠੀਕ ਹੈ ਅਤੇ ਇੱਕ ਨਿਊਜ਼ ਹੋਰ ਪਤਾ ਲੱਗੀ ਆ ਵੈਸੇ ਮੈਂ ਸ਼ੋਰ ਨਹੀਂ ਹੈਗਾ ਬਟ 99% ਸਹੀ ਹੈ ਆਹ 10 ਤਰੀਕ ਤੋਂ ਬਾਅਦ ਮੇ ਵੀ ਵੀਜ਼ਾ ਫਰੀ ਹੋ ਜਾਏਗਾ ਜਿਵੇਂ ਆਪਾਂ ਪਹਿਲਾਂ 2000 ਜਾਂ 2200 ਬਾਅਦ ਦਿੰਦੇ ਸੀ ਨਾ ਉਹ ਕੁਛ ਨਹੀਂ ਲੱਗੂਗਾ ਫਰੀ ਹੋ ਜਾਏਗਾ ਤੁਸੀਂ ਸਿਰਫ ਟਿਕਟ ਲੈ ਕੇ ਆਉਣੀ ਆ ਉਰੇ ਅਤੇ ਸਿੱਧਾ ਤੁਹਾਨੂੰ ਵੀਜ਼ਾ ਔਨ ਅਰਾਈਵਲ ਮਿਲ ਜਾਏਗਾ ਠੀਕ ਹੈ ਜੇ ਇਨਫੋਰਮੇਸ਼ਨ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਅੱਗੇ ਸ਼ੇਅਰ ਕਰਿਓ। ਬਾਬਿਆ ਪੁਲਿਸ ਸਟੇਸ਼ਨ ਹੈਗਾ ਇੱਧਰਲੇ ਪਾਸੇ ਅਤੇ ਮਤਲਬ ਪੂਰੀ ਟੋਟਲੀ ਸਿਕਿਉਰਿਟੀ ਆ ਉਰੇ। ਹੈਲੋ ਸਰ, ਪੂਰਾ ਇੱਥੇ ਮਤਲਬ ਪੁਲਿਸ ਥਾਂ ਥਾਂ 'ਤੇ ਪੁਲਿਸ ਆ, ਟੂਰਿਸਟ ਲਈ ਕੋਈ ਦਿੱਕਤ ਨਹੀਂ ਹੈਗੀ ਉਰੇ। ਜਦੋਂ ਵੀ ਪਤਾ ਆ ਉਹਨੇ ਸਭ ਤੋਂ ਵੱਡੀ ਮੁਸ਼ਕਿਲ ਆਪਣੇ ਲਈ ਕੀ ਹੁੰਦੀ ਹੈ ਕਰੰਸੀ ਐਕਸਚੇਂਜ, ਖਾਸ ਕਰਕੇ ਜਦੋਂ ਆਪਣੇ ਕੋਲ ਉਰੇ ਕੋਈ ਡਾਲਰ ਜਾਂ ਇੰਡੀਆ ਰੁਪਈਏ ਨਾ ਹੋਣ, ਬਟ ਇੰਡੀਆ 'ਚ ਆਪਣੇ ਯਾਰ ਦੋਸਤ ਜਾਂ ਘਰ ਦੇ ਬਹੁਤ ਹੁੰਦੇ ਨੇ, ਆਪਾਂ ਨੂੰ ਉੱਥੋਂ ਪੈਸੇ ਚਾਹੀਦੇ ਨੇ। ਦਾਮਨੀ ਕਰੰਸੀ ਐਕਸਚੇਂਜ ਅਤੇ ਉਹਨਾਂ ਦੀ ਗੋਲਡ ਸ਼ੋਪ ਵੀ ਆ ਪੋਸਟ ਆਫਿਸ ਦੇ ਬਿਲਕੁਲ ਨਾਲ ਆ, ਮੈਂ ਐਡਰੈਸ ਅਤੇ ਨੰਬਰ ਸ਼ੇਅਰ ਕਰ ਦੂੰਗਾ ਸਰਦਾਰ ਜੀ ਦਾ। ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਰੰਸੀ ਐਕਸਚੇਂਜ ਕਰਨੀ ਹੋਵੇ, ਇੰਡੀਆ ਤੋਂ ਕਰਨੀ ਹੋਵੇ, ਕਿਤੋਂ ਵੀ ਕਰਨੀ ਹੋਵੇ ਤਾਂ ਸਰਦਾਰ ਜੀ ਨਾਲ ਜ਼ਰੂਰ ਕੰਟੈਕਟ ਕਰਿਓ। ਇਹ ਬਹੁਤ ਸਰਦਰਦੀ ਵਾਲਾ ਕੰਮ ਹੁੰਦਾ ਆ, ਉਹ ਸਰਦਰਦੀ ਆਪਣੀ ਕੌਣ ਸੋਲਵ ਕਰਦੇ ਨੇ, ਦਾਮਨੀ ਕਰੰਸੀ ਐਕਸਚੇਂਜ ਵਾਲੇ। ਜ਼ਰੂਰ ਮਿਲਿਓ ਸਰਦਾਰ ਜੀ ਨੂੰ, ਇੱਥੋਂ ਦੇ ਕਿੰਗ ਨੇ, ਪਤਾਇਆ ਦੇ ਕਿੰਗ ਨੇ, ਮਿਸਟਰ ਸਿੰਘ ਨੇ। ਠੀਕ ਹੈ ਸਰ, ਮਿਲਦੇ ਹਾਂ ਜੀ ਆਪਾਂ, ਹੈ ਨਾ, ਸਤਿ ਸ਼੍ਰੀ ਅਕਾਲ।